ਪੰਜਾਬ ਦੇ ਵਿੱਚ ਦਿਨ ਬਰ ਦਿਨ ਸੜਕ ਹਾਦਸਿਆਂ ਦੀ ਗਿਣਤੀ 'ਚ ਵਾਧਾ ਹੁੰਦਾ ਜਾ ਰਿਹਾ ਹੈ। ਇਸੇ ਤਹਿਤ ਨਾਭਾ ਬਲਾਕ ਦੇ ਪਿੰਡ ਚਹਿਲ ਵਿਖੇ ਤੇਜ਼ ਰਫ਼ਤਾਰ ਟਰੱਕ ਨੇ ਖੜੀ ਮਹਿੰਦਰਾ ਪਿਕਅਪ ਦੇ ਵਿੱਚ ਸਵਾਰ 13 ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 10 ਵਿਅਕਤੀ ਜ਼ਖਮੀ ਦੱਸੇ ਜਾ ਰਹੇ ਨੇ। ਉੱਥੇ ਜਲੰਧਰ ਵਿਖੇ ਵੀ ਕਟਮਾਟਰਾ ਨਾਲ ਓਵਰਲੋਡ ਪਿਕਅਪ ਆਪਣਾ ਸੰਤੁਲਨ ਖੋ ਬੈਠੀ ਅਤੇ ਚੌਂਕੀ ਤੇ ਬੈਠੇ ਪੀਏਪੀ ਮੁਲਾਜ਼ਮ ਨੂੰ ਆਪਣੀ ਚਪੇਟ ਵਿੱਚ ਲੈ ਲਿਆ, ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ। ਪੰਜਾਬ ਦੇ ਵਿੱਚ ਲਗਾਤਾਰ ਸੜਕ ਹਾਦਸਿਆਂ 'ਚ ਦਿਨ ਬ ਦਿਨ ਵਾਧਾ ਹੁੰਦਾ ਜਾ ਰਿਹਾ ਹੈ ਅਤੇ ਹਰ ਰੋਜ਼ ਪੰਜਾਬ ਦੇ ਵਿੱਚ ਸੜਕ ਹਾਦਸਿਆਂ 'ਚ ਕਰੀਬ 15 ਜਾਨਾਂ ਜਾ ਰਹੀਆਂ ਨੇ, ਜਿਸ ਤਹਿਤ ਨਾਭਾ ਬਲਾਕ ਦੇ ਪਿੰਡ ਚਹਿਲ ਵਿਖੇ ਤੇਜ਼ ਰਫ਼ਤਾਰ ਟਰੱਕ ਨੇ ਖੜੀ ਮਹਿੰਦਰਾ ਪਿਕਅਪ ਵਿੱਚ ਸਵਾਰ 13 ਵਿਅਕਤੀਆਂ ਨੂੰ ਟੱਕਰ ਮਾਰ ਦਿੱਤੀ ਅਤੇ ਮਹਿੰਦਰਾ ਕਾਰ ਬਿਜਲੀ ਦੇ ਖੰਭੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 10 ਦੇ ਕਰੀਬ ਵਿਅਕਤੀ ਜ਼ਖਮੀ ਦੱਸੇ ਜਾ ਰਹੇ ਨੇ। ਇਸ ਹਾਦਸੇ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਨੂੰ ਵੇਖਦੇ ਹੋਏ ਅਮਲੋ ਪਾਸੋ ਰੋਡ 'ਤੇ ਚੱਕਾ ਜਾਮ ਕਰ ਦਿੱਤਾ। ਇਸ ਸੰਬੰਧੀ ਨਾਭਾ ਦੇ DSP ਨੇ ਭਰੋਸਾ ਦਵਾਇਆ ਕਿ ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇੱਥੋਂ ਤੜਕੇ ਸਾਜਰੇ ਜਾ ਰਹੇ ਸੀ ਅਤੇ ਆਪਣੀ ਸਾਈਡ ਖੜ੍ਹੇ ਸੀ ਅਤੇ ਉੱਥੋਂ ਕੋਈ ਚਹਿਲ ਤੋਂ ਬੰਦੇ ਬੈਠਣੇ ਸੀ, ਪਿੱਛੋਂ ਇੱਧਰੋਂ ਟਰੱਕ ਆਇਆ, ਉਹਨੇ ਪਿੱਛੋਂ ਟੱਕਰ ਮਾਰੀ ਆ ਜੀ। ਸਾਨੂੰ ਬਾਅਦ 'ਚ ਇਹ ਨਹੀਂ ਪਤਾ ਲੱਗਿਆ ਵੀ ਕੀ ਸਾਡੇ ਨਾਲ ਹੋਇਆ ਕੀ ਨਹੀਂ ਹੋਇਆ, ਸਾਰੇ ਬੰਦੇ ਸੜਕ ਦੇ ਖਿੰਡੇ ਪਏ ਸੀ। ਸਿਰਫ ਮੈਂ ਉੱਠ ਕੇ 10 ਮਿੰਟ ਬਾਅਦ ਉੱਠਿਆ, ਜਦ ਦੇਖਿਆ ਕੋਈ ਚੱਕ ਜਿਹਨੂੰ ਠਾਲਦਾ ਤਾਂ ਕੋਈ ਉੱਠਣ ਨਾਲ ਦੇ ਕਾਬਲ ਹੈ ਨਹੀਂ। ਜਿਹੜਾ ਸਵੇਰੇ ਇੱਕ ਬੜਾ ਭਿਆਨਕ ਐਕਸੀਡੈਂਟ ਹੋਇਆ, ਉਹਦੇ ਵਿੱਚ 10 ਲੋਕ ਸਵਾਰ ਸੀਗੇ ਮਹਿੰਦਰਾ ਪਿਕਅਪ ਦੇ ਵਿੱਚ, ਉਹਨਾਂ ਵਿੱਚ 3 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, 7 ਕਾਫੀ ਗੰਭੀਰ ਹਾਲਤ ਦੇ ਵਿੱਚ ਜ਼ਖਮੀ ਹੋਏ ਨੇ ਅਤੇ ਆਪਣੇ ਹੌਸਪਿਟਲਾਂ ਦੇ ਵਿੱਚ ਭਰਤੀ ਨੇ। ਇੱਕ ਹਰਿਆਣਾ ਦਾ ਕੈਂਟਰ ਸੀ, ਉਹ ਕਾਫੀ ਤੇਜ਼ ਸਪੀਡ 'ਤੇ ਆ ਰਿਹਾ ਸੀਗਾ ਅਤੇ ਉਹਨੇ ਇਹਨੂੰ ਮਹਿੰਦਰਾ ਪਿਕਅਪ ਨੂੰ ਪਿੱਛੇ ਹਿੱਟ ਕੀਤਾ ਅਤੇ ਕਾਫੀ ਖਤਰਨਾਕ ਐਕਸੀਡੈਂਟ ਹੋਇਆ ਸੀ। ਪਰਿਵਾਰਕ ਮੈਂਬਰਾਂ ਨੇ ਜਾਮ ਲਗਾਇਆ ਹੋਇਆ ਅਤੇ ਉਹਨਾਂ ਦੀ ਮੰਗ ਹੈ ਕਿ ਪ੍ਰਸ਼ਾਸਨ ਆ ਕੇ ਕੋਈ ਆਸ਼ਵਾਸਨ ਦੇਵੇ। ਬਾਕੀ ਪੁਲਿਸ ਨੇ ਪਰਚਾ ਦਰਜ ਕਰ ਲਿਆ ਹੈ ਅਤੇ ਡਰਾਈਵਰ ਜਿਹੜਾ ਮੌਕੇ ਤੋਂ ਭੱਜ ਗਿਆ ਸੀ ਉਹਦੀ ਭਾਲ ਕਰਦੇ ਪਏ ਹਾਂ, ਸਪੈਸ਼ਲ ਟੀਮ ਬਣਾ ਕੇ ਅਸੀਂ ਭੇਜ ਦਿੱਤੀ ਹੈ। ਨਾਭਾ ਤੋਂ ਬ੍ਰਿਜ ਖੁਰਾਨਾ ਦੀ ਰਿਪੋਰਟ, ਚੈਨਲ 2। ਅਤੇ ਉੱਧਰ ਦੂਜੇ ਪਾਸੇ ਜਲੰਧਰ ਮੁੱਖ ਮਾਰਗ ਪਰਾਗਪੁਰ ਚੌਂਕੀ 'ਤੇ ਉਸ ਵੇਲੇ ਅਫਰਾ ਤਫਰੀ ਦਾ ਮਾਹੌਲ ਹੋ ਗਿਆ, ਜਦ ਇੱਕ ਟਮਾਟਰਾਂ ਨਾਲ ਓਵਰਲੋਡ ਪਿਕਅਪ ਆਪਣਾ ਸੰਤੁਲਨ ਨੂੰ ਗਵਾ ਬੈਠੀ ਅਤੇ ਚੌਂਕੀ 'ਤੇ ਬੈਠੇ PAP ਮੁਲਾਜ਼ਮ ਨੂੰ ਆਪਣੀ ਚਪੇਟ ਵਿੱਚ ਲੈ ਲਿਆ ਅਤੇ ਮੌਕੇ 'ਤੇ ਹੀ ਉਸਦੀ ਮੌਤ ਹੋ ਗਈ। ਘਟਨਾ ਦੇ ਵਿੱਚ PAP ਮੁਲਾਜ਼ਮ ਕਰਮਜੀਤ ਸਿੰਘ ਦੇ ਦੋਨੋਂ ਪੈਰ ਕੱਟ ਗਏ ਅਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਮੌਜੂਦ ASI ਪਰਵਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸਾਰੀ ਘਟਨਾ ਹੀ ਆਪਣੀਆਂ ਅੱਖਾਂ ਨਾਲ ਵੇਖੀ ਹੈ, ਜਿਸ ਵਿੱਚੋਂ ਖੁਦ ਵੀ ਜ਼ਖਮੀ ਹੋ ਗਏ। ਸਾਡਾ ਹੈੱਡ ਕਾਂਸਟੇਬਲ ਸੀ ਕਰਮਜੀਤ ਸਿੰਘ, ਜਿਹੜਾ ਕਿ ਰਾਤ 8 PM ਤੋਂ 8 AM ਤੱਕ ਸਵੇਰੇ ਡਿਊਟੀ ਕਰਦਾ ਸੀ ਪਰਾਗਪੁਰ ਨਾਕਾ ਪੁਆਇੰਟ 'ਤੇ, ਅਤੇ ਤੜਕੇ ਦੌਰਾਨ ਚੈਕਿੰਗ ਉਹ 4 ਵਜੇ ਦੇ ਕਰੀਬ ਇੱਕ ਗੱਡੀ ਟਮਾਟਰ ਭਰੀ ਹੋਈ ਲੁਧਿਆਣਾ ਸਾਈਡ ਤੋਂ ਆਈ ਆ ਅਤੇ ਉਹ ਰਾਤ ਉਹਨੇ ਅੱਗੇ ਹਿੱਟ ਕੀਤਾ ਅਤੇ ਉਹਨੂੰ ਮੌਕੇ 'ਤੇ ਹੈੱਡ ਦੀ ਸਪੋਟ ਹੋਈ ਮੌਤ ਹੋ ਗਈ। ਅਤੇ ਸਰ ਡਰਾਈਵਰ ਮੌਕੇ ਤੋਂ ਫੜ ਲਿਆ? ਡਰਾਈਵਰ ਮੌਕੇ ਤੋਂ ਫੜ ਲਿਆ, ਗੱਡੀ ਫੜ ਲਈ ਜੀ। ਸਰ ਕਿਹੜੀ ਗੱਡੀ ਸੀ? ਗੱਡੀ ਐਕਸੀਡੈਂਟ ਟਾਟਾ। ਜਲੰਧਰ ਤੋਂ ਜਤਿੰਦਰ ਸ਼ਰਮਾ ਦੀ ਰਿਪੋਰਟ, ਚੈਨਲ 2।